पंजाब के जिला संगरूर के कस्बा लौंगोवाल में बीते दिन अपराधियों ने सरेआम एक फाइनेंसर की हत्या कर दी। हद तो ये कि घटना को अंजाम देने के बाद अपराधियों ने शहर की गलियों में जश्न मनाया। पंजाब में गैंगवार लगातार बढ़ रहा है और क्रिमिनल्स के हौसले आसमान छू रहे हैं। कानून व्यवस्था लगता है कि हाथ से पूरी तरह से निकल गई है। पंजाब के संगरूर जिले में एक ऐसा ही दिल दहलाने वाला मर्डर सामने आया, जब क्रिमिनल दविंदर सिंह उर्फ बबली रंधावा ने हरदेव सिंह नाम के शख्स को दिन दहाड़े गोली से उड़ा दिया और हत्या को अंजाम देने के बाद उसने सोशल मीडिया के जरिए सफाई भी दे डाली। हत्या को अंजाम देने के बाद बबली रंधावा ने अपनी कार में जश्न भी मनाया और गाने भी गाए। आपको बता दे कि बबली रंधावा के साथ 5 और गैंगस्टर फाइनेंसर हरदेव सिंह की हत्या में शामिल थे। घटना के बाद पुलिस अब तक क्रिमिनल्स को पकड़ नहीं पाई है। इस घटना के बाद कस्बे में दहशत का माहौल है और लोग सहमे हुए हैं। पुलिस का कहना है कि इन आपराधिक छवि वाले लोगों के खिलाफ पहले से ही आपराधिक मामले दर्ज हैं और इन लोगों की गिरफ्तारी जल्द ही की जाएगी। पंजाब में अपराधियों के हौसले लगातार बढ़ रहे हैं। लोगों का विश्वास पुलिस और प्रशासन पर बना रहे, इसलिए जरूरी है कि इन अपराधियों को जल्द से जल्द गिरफ्तार करके सलाखों के पीछे भेजा जाए। ਘਰੇ ਮਾੜਾ ਮੋਟਾ ਜਦੋਂ ਜਦੋਂ ਜਿਹਾ ਰਖੜੇ ਰੁਖੜੇ ਬੱਚੇ ਉਧਰ ਉਧਰ ਹੀ ਉਦੋਂ ਬਾਅਦ ਆ ਕੇ ਇਹਨਾਂ ਨੇ ਫੈਂਸ ਦਾ ਕੰਮ ਕਰਦਾ ਜੀ ਆਪਣਾ ਕਾਕਾ। ਹਾਂਜੀ ਇੱਧਰੋਂ ਆਇਆ ਜੀ, ਅੱਡੇ ਕਣੀ ਆ ਕੇ ਇੱਥੇ ਘੇਰ ਲਿਆ ਜੀ ਪਿਸਤੌਲ ਦੇ ਕੋਲੇ, ਦੋ ਤੇ ਪਤਾ ਨਹੀਂ ਚਾਰ ਤੇ ਜੀ ਉਹਨਾਂ ਕੋਲੇ, ਚਾਰ ਬੰਦੇ ਤੇ ਇੱਕ ਤਾਂ ਬਬਲੀ ਹੈ ਜੀ ਵਿਕਰ ਸਿੰਘ ਦਾ, ਇੱਕ ਆਪਣਾ ਸਰਜੀਤ ਸਿੰਘ ਦਾ ਮੁੰਡਾ ਹੈ, ਉਹਦਾ ਮੈਂ ਨਾਂ ਨਹੀਂ ਥੋੜ੍ਹਾ ਜਿਹਾ ਕਰਦਾ ਜੀ ਜਾਣਦਾ ਜੀ, ਇੱਕ ਇੱਕ ਮੁੰਡਾ ਉਹ ਮੋਟੂ ਕਹਿੰਦੇ ਜੀ ਉਹਨਾਂ ਨੂੰ, ਮੋਟਾ ਇੱਕ ਅਮਰੀਕ ਦਾ ਮੁੰਡਾ ਜੀ, ਇਹ ਇੱਥੇ ਆ ਕੇ ਸਕੂਟਰੀ ਘੇਰ ਲਈ ਜੀ, ਆ ਕੇ ਇੱਥੇ ਫਾਇਰ ਮਾਰੇ ਸਿਰ 'ਚ ਮਾਰ ਗਏ, ਇੱਥੇ ਸਾਤੀ 'ਤੇ ਮਾਰ ਗਏ ਜੀ, ਮਾਰ ਕੇ ਤੁਰੇ ਗਏ ਲੜਕੇ ਮਾਰ ਕੇ ਗਾਹਾਂ ਬਾਹਰ ਨਿਕਲ ਗਏ ਭਾਜੀ, ਸਾਡਾ ਘਰ ਪੱਟ ਗਏ, ਹੋਰ ਕੀ ਹੋਣਾ ਤੀ ਜੀ। ਅਸੀਂ ਤਾਂ ਜੀ ਕੋਈ ਮੰਗ ਨਹੀਂ ਕਰਦੇ, ਕਿਸੇ ਤਰ੍ਹਾਂ ਦੀ ਵੀ ਨਹੀਂ ਕਰਦੇ, ਇਹ ਤੋਂ ਮੰਗ ਕੀ ਕਰਾਂਗੇ, ਸਾਡਾ ਇਨਸਾਫ ਹੋਣਾ ਚਾਹੀਦਾ। ਕੋਈ ਲੋਕਾਂ ਦਾ ਜਿਹੜਾ ਰੋਸ ਹੈ ਇੱਥੇ, ਉਹ ਇਕੱਲੀ ਇਹ ਪਹਿਲੀ ਘਟਨਾ ਨਹੀਂ ਹੈ, ਇਸ ਤੋਂ ਪਹਿਲਾਂ ਵੀ ਇਸੇ ਗਰੋਹ ਵੱਲੋਂ ਜਿਹੜਾ ਗੈਂਗਸਟਰ ਹੈ ਇਹ ਬਬਲੀ, ਇਹਦੇ ਵੱਲੋਂ ਲੌਂਗੋਵਾਲ ਦੇ ਵਿੱਚ ਪਹਿਲਾਂ ਵੀ ਕਈ ਵਾਕੇ ਕੀਤੇ ਜਾ ਚੁੱਕੇ ਨੇ, ਔਰ ਓਵਰਆਲ ਸੰਗਰੂਰ ਜ਼ਿਲ੍ਹੇ ਦੇ ਵਿੱਚ ਹੀ ਦੇਖੋ ਕਿੰਨਾ ਗੁੰਡਾ ਰਾਜ ਹੋਇਆ ਪਿਆ। ਇਹਦੇ ਲਈ ਸਿੱਧੇ ਤੌਰ 'ਤੇ ਇੱਥੇ ਦਾ SSP ਜ਼ਿੰਮੇਵਾਰ ਹੈ, ਜਿਹਨੇ ਇੰਨੀ ਖੁੱਲ੍ਹ ਦਿੱਤੀ ਹੋਈ ਹੈ ਵੀ ਚੋਣ ਜਾਬਤਾ ਲੱਗਣ ਦੇ ਬਾਵਜੂਦ ਸਾਰੇ ਲੋਕਾਂ ਦੇ ਹਥਿਆਰ ਜਮ੍ਹਾਂ ਨੇ, ਤਾਂ ਇਹ ਗੁੰਡੇ ਗਰੋਹ ਸਿਰਿਆਮ ਹਥਿਆਰ ਨਹੀਂ ਘੁੰਮਦੇ ਫਿਰ ਰਹੇ ਨੇ, ਤਾਂ ਆਮ ਲੋਕਾਂ ਦੇ ਵਿੱਚ ਇਹੀ ਪੁਲਿਸ ਪ੍ਰਤੀ ਰੋਸ ਹੈ ਜੀ, ਵੀ ਇਹ ਜਿਹੜੀਆਂ ਘਟਨਾਵਾਂ ਨੇ ਲਗਾਤਾਰ ਸੰਗਰੂਰ ਜ਼ਿਲ੍ਹੇ 'ਚ ਵੱਧ ਰਹੀਆਂ ਨੇ, ਇਹਦੇ ਲਈ ਜਿਹੜੀ ਕਾਰਵਾਈ ਹੈ ਉਹ ਹੋਣੀ ਚਾਹੀਦੀ ਹੈ ਜੀ। ਇਹ ਸਾਰੇ ਲੋਕਾਂ ਦੀ ਹਮਦਰਦੀ ਹੈ, ਬਾਜ਼ਾਰ ਦੇ ਵਿੱਚ ਵੀ ਕਿਉਂਕਿ ਸ਼ਰੇਆਮ ਸਾਰੇ ਲੋਕਾਂ ਨੂੰ ਗਾਲਾਂ ਕੱਢਦੇ ਹੋਏ ਗਏ ਨੇ, ਉਹ ਵੀ ਲੌਂਗੋਵਾਲ ਦੇ ਲੋਕਾਂ ਨੂੰ ਵੀ ਜਿਹਨੇ ਜਿਹੜਾ ਕੁਛ ਕਰਨਾ ਕਰ ਲਓ, ਅਸੀਂ ਕਤਲ ਕਰਕੇ ਆਏ ਹਾਂ, ਵੀ ਇਸ ਤਰ੍ਹਾਂ ਦਾ ਵਾਕਾ ਇਹ ਵਾਪਰਿਆ, ਇਹਦੇ 'ਚ ਲੋਕਾਂ 'ਚ ਰੋਸ ਹੈ ਔਰ ਇਹਦੇ ਖਿਲਾਫ ਜਿਹੜੇ ਲੋਕ ਨੇ ਉਹ ਸੰਘਰਸ਼ ਵੀ ਕਰਨਗੇ ਜਿੰਨਾ ਇਨਸਾਫ ਮਿਲੇ। ਅੱਜ ਜੋ ਲੌਂਗੋਵਾਲ ਦੇ ਵਿੱਚ ਘਟਨਾ ਵਾਪਰੀ ਆ ਬੜੀ ਨਿੰਦਣਯੋਗ ਹੈ, ਅਤੇ ਇਹੋ ਜਿਹਾ ਸਾਡੇ ਪਿੰਡ 'ਚ ਕਦੇ ਵਾਰਦਾਤ ਨਹੀਂ ਹੋਈ। ਨੌਜਵਾਨ ਮੁੰਡਾ ਸੀ 20-25 ਸਾਲ ਦਾ, ਇਹ ਜਿਹੜੇ ਮਾਰ ਕੇ ਗਏ ਨੇ ਉਹਨਾਂ ਨੂੰ ਛੇਤੀ ਗ੍ਰਿਫਤਾਰ ਕਰਨਾ ਚਾਹੀਦਾ, ਸਖ਼ਤ ਤੋਂ ਸਖ਼ਤ ਧਾਰਾ ਲਾ ਕੇ ਉਹਨਾਂ ਨੂੰ ਸਜ਼ਾ ਦੇਣੀ ਚਾਹੀਦੀ ਹੈ, ਇਹਨੇ ਤਾਂ ਵਾਪਸ ਨਹੀਂ ਆਉਣਾ। ਪਰ ਗਾਹਾਂ ਵਾਲੀ ਪੀੜ੍ਹੀ ਨੂੰ ਇਹ ਅਹਿਸਾਸ ਹੋ ਜਾਵੇ ਵੀ ਗਾਹਾਂ ਨੂੰ ਕਿਸੇ ਨੇ ਇਹੋ ਜਿਹੀ ਵਾਰਦਾਤ ਨਾ ਕਰਨ, ਮੈਂ ਚਾਹਤਾ।